ਐਸੀ ਗੁਰਮਤ ਪਾਈਲੇ ਐਸੀ ਗੁਰਮਤ ਐਸੀ ਗੁਰਮਤ ਪਾਈਲੇ ਗੁਰਮਤ ਪਾਈਲੇ ਗੁਰਮਤ ਐਸੀ ਗੁਰਮਤ ਪਾਈਲੇ ਬੂਡਤ ਗਾਰ ਅੰਧਕੂਪ ਮੈਂ ਬੂਡਤ ਗਾਰ ਨਿਕਸ਼ਾ ਮੇਰੇ ਭਾਈ ਰੇ ਐਸੀ ਗੁਰਮਤ ਪਾਈਲੇ ਐਸੀ ਗੁਰਮਤ ਗੁਰਮਤ ਬੁੱਧ ਪਰਗਾਸ ਭਈ ਮਤਪੂਰੀ ਪਰਗਾਸ ਭਈ ਮਤਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ
गुरमत दूरी। गुरमत पाई ले ताते बिनसी दुर्मत दूरी। गुरमत पाई ले ऐसी गुरमत पाई ले ऐसी गुरमत पाई ले। महागा अगन का सागर तारे रत्नागर गुरु बोहे थे तारे रत्नागर तेरे अंधे बिखुम ए माया दुखर अंधे गुरपुरे परगट मार्ग दिखाया। गुरमत पाई ले
ले कछु से आनप उकत ना मोरी जाप ताप कछु जाप ताप कछु उकत ना मोरी तांते बिन सी
ਗੁਰਮਤ ਦੋਰੀ ਐਸੀ ਗੁਰਮਤ ਪਾਈਲੇ ਤਾਂ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈਲੇ ਬੂਡਤ ਘੋਰ ਅੰਧਕੂਪ ਮੈਂ ਨਿਕਸੋ ਮੇਰੇ ਭਾਈ ਮਹਾ ਆਗਾਹ ਅਗਨ ਕਾ ਸਾਗਰ ਨਿਕਸੋ ਮੇਰੇ ਭਾਈ ਮਹਾ ਅਗਾਹ ਅਗਨ ਕਾ ਸਾਗਰ ਗੁਰ ਮੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰੇ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਐਸੀ ਗੁਰਮਤ ਲਫਜ਼ ਐਸੀ ਐਸੀ ਲਫਜ਼ ਦਾ ਜਵਾਬ ਹੈ ਕੈਸੀ ਐਸੀ ਲਫਜ਼ ਗੁਰਮਤ ਨਾਲ ਸੰਬੰਧਿਤ ਕੀਤਾ ਹੈ ਕਿਉਂਕਿ ਗੱਲ ਦੋ ਹਫ਼ਤਿਆਂ ਤੋਂ ਗੁਰਮਤ ਦੀ ਚੱਲ ਰਹੀ ਹੈ ਮੈਂ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਚਾਰ ਕਰਦਿਆਂ ਉਸ ਲੜੀ ਨੂੰ ਵੀ ਨਾਲ ਸੰਬੰਧਿਤ ਕੀਤਾ ਜਾਏ ਲਗਾਤਾਰ ਦੋ ਹਫ਼ਤੇ ਤੋਂ ਗੱਲ ਦੁਰਮਤ ਦੀ ਚੱਲ ਰਹੀ ਹੈ ਦੁਰਮਤ ਤੋਂ ਪਰੇਸ਼ਾਨ ਹੈ ਦੁਰਮਤ ਜੀਵਨ ਬਰਬਾਦ ਕਰ ਦਿੰਦੀ ਹੈ ਦੁਰਮਤ ਦੁਸ਼ਮਣ ਦੀ ਮੱਤ ਕੁਰਾਏ ਪਾ ਦਿੰਦੀ ਹੈ ਐਸਾ ਆ ਚੁੱਕਾ ਹੈ ਅਤੇ ਰਾਤ ਇੱਕ ਲਫਜ਼ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਿ ਮੈਨੂੰ ਜੁਗਤ ਦੱਸ ਤਰਕੀਬ ਵਿਧੀ ਦੱਸ ਕਿਸੇ ਤਰ੍ਹਾਂ ਮੇਰੀ ਦੁਰਮਤ ਨਾਸ ਹੋ ਜਾਏ ਸਾਧੋ ਕੌਣ ਜੁਗਤ ਅਬ ਕੀ ਜਾਏ ਕਿਹੜੀ ਜੁਗਤੀ ਕਰਾਂ ਕਿ ਦੁਰਮਤ ਸਕਲ ਬਿਨਾਸੇ ਕਿਹੜੀ ਜੁਗਤੀ ਕਰਾਂ ਜਾਤੇ ਦੁਰਮਤ ਸਗਲ ਬਿਨਾਸੇ ਅਤੇ ਅੱਜ ਉਸ ਗੱਲ ਦਾ ਜਵਾਬ ਹੈ
ਅਤੇ ਜਵਾਬ ਸੰਬੰਧਿਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ। ਕਹਿੰਦੇ ਨੇ ਇੱਕੋ ਤਰੀਕਾ ਹੈ, ਜੁਗਤ ਇਹੋ ਹੀ ਹੈ ਕਿ ਤੈਨੂੰ ਐਸੀ ਗੁਰਮਤ ਮਿਲ ਜਾਏ ਜਿਹਦੇ ਨਾਲ ਦੁਰਮਤ ਨਾਸ ਹੋ ਜਾਏ। ਹੁਣ ਇਸ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਵਿੱਚ ਹੀ ਫੈਸਲਾ ਆ ਗਿਆ। ਬੁੱਧ ਪਰਗਾਸ ਵਹੇ ਮਤ ਪੂਰੀ, ਜਿਸ ਦਿਨ ਬੁੱਧ ਵਿੱਚ ਬੁੱਧੀ ਵਿੱਚ ਵਿਚਾਰਧਾਰਾ ਵਿੱਚ ਪ੍ਰਕਾਸ਼ ਭਾਵ ਗਿਆਨ ਆ ਜਾਏ, ਉਸ ਦਿਨ ਮਤ ਅਧੂਰੀ ਨਹੀਂ ਰਹਿੰਦੀ। ਅਧੂਰੀ ਨੂੰ ਪੂਰਾ ਕਰਨ ਲਈ ਦੁਸ਼ਮਣ ਵੀ ਆ ਸਕਦਾ, ਅਧੂਰੀ ਹੈ, ਪਰ ਜਿਸ ਦਿਨ ਮਤ ਪੂਰੀ ਹੋ ਜਾਏ ਉਹਦੇ ਵਿੱਚ ਹੋਰ ਕਿਸੇ ਲਈ ਕੋਈ ਥਾਂ ਨਹੀਂ ਰਹਿੰਦੀ। ਕਿਸੇ ਕੋਲ ਕੋਈ ਚਾਂਸ ਨਹੀਂ ਰਹਿੰਦਾ ਹੁਣ ਉਸ ਮਤ ਨੂੰ ਬਦਲ ਸਕੇ, ਅਤੇ ਉਹ ਮਤ ਪੂਰੀ ਹੁੰਦੀ ਹੈ ਉਸ ਦਿਨ ਜਿਸ ਦਿਨ ਮਤ ਦੁਰਮਤ ਦੀ ਥਾਵੇਂ ਗੁਰਮਤ ਆ ਜਾਏ। ਲਓ ਹੁਣ ਆਪਾਂ ਇਸ ਲਾਈਨ ਨੂੰ ਦੁਬਾਰਾ ਪੜ੍ਹੀਏ। ਬੁੱਧ ਪਰਗਾਸ ਵਹੇ ਮਤ ਪੂਰੀ, ਤਾਤੇ ਬਿਨਸੀ ਤਾਤੇ ਬਿਨਸੀ ਦੁਰਮਤ ਦੂਰੀ। ਰਾਤ ਸਵਾਲ ਸੀ, ਸਾਧੋ ਕੌਣ ਜੁਗਤ ਅਬ ਕੀ ਜੈ, ਜਾਂਤੇ ਦੁਰਮਤ ਸਗਲ ਬਿਨਾਸੇ। ਤੇ ਹੁਣ ਜਵਾਬ ਹੈ, ਤਾਂਤੇ ਬਿਨਸੀ ਦੁਰਮਤ ਦੂਰੀ, ਬੁੱਧ ਪਰਗਾਸ ਵਹੇ। ਤੇ ਜੁਗਤੀ ਕੀ ਹੈ? ਰਾਤ ਜੁਗਤ ਮੰਗੀ ਸੀ ਨਾ, ਸਾਧੋ ਕੌਣ ਜੁਗਤ ਅਬ ਕੀਜੈ। ਤੇ ਹੁਣ ਜਵਾਬ ਹੈ, ਕਹਿੰਦੇ ਨੇ ਜੁਗਤ ਕੀ ਹੈ? ਐਸੀ ਗੁਰਮਤ ਪਾਈ ਐ, ਐਸੀ ਗੁਰਮਤ ਪਾਈ ਐ, ਗੁਰਮਤ ਪਾ ਲੈ ਤਾਂ ਦੁਰਮਤ ਦੂਰੀ ਖਤਮ ਹੋ ਸਕਦੀ ਹੈ। ਲਓ ਇੱਥੋਂ ਸ਼ੁਰੂ ਕਰੀਏ ਆਪਾਂ। ਹੁਣ ਗੁਰਮਤ ਨਾਲ ਇੱਕ ਲਫਜ਼ ਹੋਰ ਜੋੜ ਦਿੱਤਾ ਨੇ, ਜਰਾ ਉੱਥੇ ਰੁਕਣਾ ਹੈ। ਉਹ ਹੈ ਐਸੀ,
ਕਿਉਂਕਿ ਐਸੀ ਨੇ ਫਿਰ ਸਵਾਲ ਖੜਾ ਕਰ ਦਿੱਤਾ, ਕੈਸੀ? ਜਿੱਥੇ ਐਸੀ ਆਵੇਗਾ ਨਾ, ਉੱਥੇ ਕੈਸੀ ਦਾ ਮਸਲਾ ਖੜਾ ਹੋ ਜਾਏਗਾ। ਔਰ ਮੈਂ ਕਿਰਜ਼ ਕਰਾਂ, ਐਸੀ ਅਤੇ ਐਸਾ ਲਫਜ਼, ਇਹ ਸਵਾਲੀਆ ਫਿਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਮੇਂ ਆਇਆ ਹੈ। ਇੱਕੋ ਗੁਰਮਤ ਦੇ ਸੰਬੰਧ ਵਿੱਚ ਨਹੀਂ, ਗੁਰੂ ਦੇ ਸੰਬੰਧ ਵਿੱਚ ਵੀ ਆਇਆ ਹੈ। ਸਤਿਗੁਰੂ ਕਹਿੰਦੇ ਨੇ, ਭੂਲੇ ਮਾਰਗ ਜਿਨੇ ਬਤਾਇਆ, ਮਾਰਗ ਜਿਨੇ ਬਤਾਇਆ ਐਸਾ ਗੁਰ। ਕੈਸਾ ਗੁਰ? ਐਸਾ ਗੁਰ। ਦੁਰਮਤ ਨੇ ਸਭ ਤੋਂ ਪਹਿਲਾਂ ਜਿਹੜਾ ਅੰਦਰ ਪਰਿਵਰਤਨ ਲਿਆਂਦਾ ਸੀ, ਉਹ ਸੀ ਦੁਬਦਾ। ਸਤਿਗੁਰੂ ਨੇ ਬਾਣੀ ਵਿੱਚ ਇਸੇ ਲਈ ਕਹਿ ਦਿੱਤਾ, ਦੁਬਦਾ ਅਤੇ ਦੁਰਮਤ ਦੋਨੋਂ ਇਕੱਠੀਆਂ ਨੇ। ਦੁਰਮਤ ਦੁਬਦਾ ਪੈਦਾ ਕਰਦੀ ਹੈ। ਪਹਿਲਾ ਉਹਦਾ ਫੰਕਸ਼ਨ ਹੀ ਇਹ ਹੈ ਕਿ ਮਨੁੱਖ ਦੇ ਅੰਦਰ ਦੁਬਦਾ ਰਹਿੰਦੀ ਹੈ, ਗੁਰਮਤ ਕੀ ਹੈ? ਹੁਣ ਸਾਡੇ ਸਾਹਮਣੇ ਵੀ ਸਵਾਲ ਆ ਜਾਏਗਾ। ਜੋ ਕੁਝ ਸੰਸਾਰ ਅੰਦਰ ਹੋ ਰਿਹਾ ਉਹ ਗੁਰਮਤ ਹੈ? ਈਵਨ ਸੰਸਾਰ ਛੱਡ ਦਿਓ, ਗੁਰਦੁਆਰਿਆਂ ਵਿੱਚ, ਧਰਮ ਮੰਦਰਾਂ ਅੰਦਰ, ਧਰਮ ਸਥਾਨਾਂ 'ਤੇ ਜੋ ਕੁਛ ਹੋ ਰਿਹਾ, ਇਹ ਫੈਸਲਾ ਕਰ ਸਕਦੇ ਹਾਂ ਕਿ ਇਹ ਗੁਰਮਤ ਹੈ? ਕਿਉਂਕਿ ਸਵਾਲ ਤਾਂ ਪੈਦਾ ਹੋ ਜਾਏਗਾ, ਐਸੀ ਦੇ ਨਾਲ ਕੈਸੀ ਬਾਤ ਹੈ, ਗੁਰਮਤ ਕੀ ਹੈ? ਅਤੇ ਗੁਰੂ ਜਵਾਬ ਦਿੰਦੇ ਨੇ, ਕਹਿੰਦੇ ਨੇ, ਜੇ ਗੁਰਮਤ ਸਮਝਣੀ ਹੈ ਤਾਂ ਪਹਿਲਾਂ ਤੈਨੂੰ ਇਹ ਵੀ ਸਮਝਣਾ ਪਏਗਾ ਕੈਸਾ ਗੁਰ, ਕਿਉਂਕਿ ਗੁਰ ਨੂੰ ਸਮਝਣ ਤੋਂ ਬਾਅਦ ਹੀ ਗੁਰਮਤ ਦੀ ਸਮਝ ਆਏਗੀ। ਲੋ ਸਾਡਾ ਦੁਖਾਂਤ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਰਿਹਾ, ਉਹ ਐਸੇ ਗੱਲ ਦਾ ਕਿ ਦੁਰਤ ਦੁਸ਼ਮਣ ਨੇ, ਦੁਰਮਤ ਪੈਦਾ ਕਰਨ ਵਾਲੇ ਨੇ ਇਹ ਸਮਝ ਲਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਹੈ ਗੁਰਮਤ ਨਾਲ ਦੁਰਮਤ ਖਤਮ ਕੀਤੀ ਜਾ ਸਕਦੀ ਹੈ। ਉਹਨਾਂ ਨੇ ਆਪਣੀ ਹਰ ਇੱਕ ਫੈਸਲੇ ਦੀ ਰਚਨਾ ਨੂੰ ਗੁਰਮਤ ਆਖ ਦਿੱਤਾ। ਇੱਥੋਂ ਦੁਖਾਂਤ ਪੈਦਾ ਹੋਇਆ ਹੈ, ਗੁਰਮਤ ਕਹਿ ਦਿੱਤਾ। ਬਲਕਿ ਦੂਜਾ ਸਾਡੇ ਸਾਹਮਣੇ ਦੁਬਦਾ ਇਹ ਖੜੀ ਕਰ ਦਿੱਤੀ ਕਿ ਗੁਰਮਤ ਤੋਂ ਬਾਅਦ ਇਹ ਸਵਾਲ ਖੜਾ ਹੋਏਗਾ, ਗੁਰੂ ਕਿਹੜਾ? ਜਿੰਦੀ ਗੁਰਮਤ ਲੈਣੀ ਹੈ। ਇਹ ਦੋ ਚੀਜ਼ਾਂ ਦੁਬਦਾ ਵਿੱਚ ਪੈ ਗਈਆਂ, ਦੋਨੋਂ ਚੀਜ਼ਾਂ ਦੁਬਦਾ 'ਚ ਪੈ ਗਈਆਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ,
ਸਤਿਗੁਰ ਦੀ ਰਿਸੇ ਸਤਿਗੁਰ ਦੀ ਰਿਸੇ ਹੋਰ ਕੱਚ ਵਿੱਚ ਬੋਲਦੇ ਭੁਲੇਖਾ ਪਾਉਣ ਵਾਸਤੇ ਦੁਬਦਾ ਖੜੀ ਕਰਨੀ ਹੈ ਨਾ ਸ਼੍ਰੀ ਚੰਦ ਨੂੰ ਗੁਰੂ ਨਹੀਂ ਥਾਪਿਆ ਗਿਆ ਗੁਰੂ ਥਾਪਿਆ ਗਿਆ ਲੈਣੇ ਨੂੰ ਪਰ ਅੱਜ ਤੱਕ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਵਿੱਚ ਗੁਰਮਤ ਦੇ ਲਫਜ਼ ਸ਼੍ਰੀ ਚੰਦ ਨਾਲ ਜੋੜੇ ਗਏ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ ਸੁਖਮਣੀ ਸਾਹਿਬ ਦਾ ਪਾਠ ਆਪਾਂ ਕਰਨੇ ਹਾਂ ਸੁਖਮਣੀ ਸਾਹਿਬ ਦਾ 16ਵਾਂ ਸਲੋਕ ਹੈ 16ਵਾਂ ਸਲੋਕ ਹੈ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਕਿਉਂਕਿ ਮੈਂ ਚਾਹੁੰਦਾ ਵੀ ਮੈਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਨਾਲ ਮਨਾਉਣਾ ਇਹ ਸਲੋਕ ਹੈ ਹੁਣ ਇਹ ਸਲੋਕ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਪਜੀ ਸਾਹਿਬ ਦਾ ਆਰੰਭ ਵੀ ਹੈ ਉੱਥੇ ਵੀ ਇਹ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਅਤੇ ਇਹੋ ਸਲੋਕ ਸੁਖਮਣੀ ਸਾਹਿਬ ਵਿੱਚ ਵੀ 16ਵਾਂ ਸਲੋਕ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਹੈ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਮ 'ਤੇ ਹੈ ਸੁਖਮਣੀ ਸਾਹਿਬ ਤਾਂ ਕਿਰਤ ਗੁਰੂ ਅਰਜਨ ਸਾਹਿਬ ਦੀ ਹੈ ਉਹ ਭਲੇ ਹੋ ਵਿਚਾਰ ਦੀ ਦੁਨੀਆ ਬਹੁਤ ਕੁਝ ਮੰਗਦੀ ਹੈ ਅਸੀਂ ਵਿਚਾਰ ਵਿੱਚੋਂ ਭਰਮ ਭੁਲੇਖੇ ਦੂਰ ਕਰਨੇ ਨੇ ਦੁਰਮਤ ਦੁਬਦਾ ਖੜੀ ਕਰਦੀ ਹੈ ਅਤੇ ਦੁਬਦਾ ਦਾ ਅਰਥ ਹੈ ਜਦੋਂ ਮਨੁੱਖ ਕਨਫਿਊਜ਼ ਹੋ ਜਾਏ ਵੀ ਆਹ ਹੈ ਕਿ ਆਹ ਹੈ ਐਸਾ ਹੈ ਕਿ ਕੈਸਾ ਹੈ ਐਸਾ ਦੇ ਨਾਲ ਕੈਸਾ ਦਾ ਮਸਲਾ ਜੁੜ ਜਾਂਦਾ ਹੈ ਅਤੇ ਉਹ ਤਾਂ ਹੀ ਜੁੜੇਗਾ ਜੇ ਦੁਬਦਾ ਪਵੇਗੀ ਜਦੋਂ ਮਨੁੱਖ ਕਿਸੇ ਵੀ ਕੰਮ ਦੇ ਸੰਬੰਧ ਵਿੱਚ ਦੁਬਦਾ ਖੜੀ ਕਰ ਲਵੇ ਉੱਥੇ ਕਦਮ ਰੁਕ ਜਾਂਦੇ ਨੇ ਮੰਜ਼ਿਲ ਨਹੀਂ ਕਦੀ ਮਿਲਦੀ ਸੱਚਾਈ ਤੱਕ ਪਹੁੰਚ ਹੀ ਨਹੀਂ ਸਕਦਾ ਮਨੁੱਖ ਕਿਸੇ ਘਰ ਜਾਣਾ ਚਾਹੇ ਕਿਸੇ ਦੋਸਤ ਕਿਸੇ ਪਿੰਡ ਵਿੱਚ ਜਾਣਾ ਚਾਹੇ ਅਤੇ ਰਸਤੇ ਵਿੱਚ ਆ ਜਾਏ ਚੁਰਾਹਾ ਜਾਂ ਦੋਰਾਹਾ ਦੋ ਰਸਤੇ ਫਟਦੇ ਹੋਣ ਉੱਥੇ ਮਨੁੱਖ ਕਨਫਿਊਜ਼ ਹੋ ਜਾਏ ਕਿ ਮੇਰੀ ਮੰਜ਼ਿਲ ਨੂੰ ਮੇਰੇ ਪਿੰਡ ਨੂੰ ਜਿੱਥੇ ਮੈਂ ਜਾਣਾ ਕਿਹੜਾ ਰਾਹ ਜਾਂਦਾ ਦੁਰਾਹਾ ਹੋ ਗਿਆ ਨਾ ਕਿਹੜਾ ਰਾਹ ਜਾਂਦਾ ਬਸ ਉੱਥੇ ਰੁਕ ਜਾਏਗਾ ਸੋਚੀ ਪੈ ਜਾਏਗਾ ਕਿਹੜਾ ਰਾਹ ਜਾਂਦਾ ਸਣ ਆਦਮੀ ਕਿਸੇ ਕੋਲੋਂ ਪੁੱਛ ਵੀ ਲਏਗਾ ਵੀ ਮੈਂ ਫਲਾਣੇ ਪਿੰਡ ਜਾਣਾ ਉਸ ਪਿੰਡ ਨੂੰ ਕਿਹੜਾ ਰਾਹ ਜਾਂਦਾ ਪਰ ਉੱਥੇ ਪੁੱਛਣ ਦਾ ਵੀ ਫਾਇਦਾ ਤਾਂ ਹੈ ਜੇ ਦੁਰਾਹੇ ਤੋਂ ਦੁਬਦਾ ਤੋਂ ਦੂਰ ਨਿਕ ਇਹ ਸਮਝ ਲੈ ਵੀ ਜੋ ਕੁਝ ਇਹ ਕਹਿੰਦਾ
ਉਹ ਜਿਹੜਾ ਰਾਹ ਇਹਨੇ ਦੱਸਿਆ ਉਹ ਠੀਕ ਹੈ, ਅਤੇ ਜੇ ਉੱਥੇ ਵੀ ਦੁਬਦਾ ਖੜੀ ਹੋ ਜਾਏ, ਕਨਫਿਊਜ਼ ਹੋ ਰਿਹਾ, ਪਤਾ ਨਹੀਂ ਇਹਨੇ ਸੱਚ ਬੋਲਿਆ ਕਿ ਨਹੀਂ ਬੋਲਿਆ। ਕਿਉਂਕਿ ਵਿਸ਼ਵਾਸ ਇੱਕ ਬੜੀ ਵੱਡੀ ਸ਼ਕਤੀ ਹੈ। ਆਪਾਂ ਅਰਦਾਸ ਵਿੱਚ ਰੋਜ਼ ਗੁਰੂ ਕੋਲੋਂ ਭਰੋਸਾ ਵਿਸ਼ਵਾਸ ਕਿਉਂ ਮੰਗਦੇ ਹਾਂ? ਉਹਦਾ ਕਾਰਨ ਬੜਾ ਜੀਵਨ ਅੰਦਰ ਜ਼ਰੂਰੀ ਮਸਲਾ ਜੇ ਵਿਸ਼ਵਾਸ ਦਾ, ਇੱਥੇ ਆ ਕੇ ਵੀ ਜੇ ਅਸੀਂ ਗੁਰਬਾਣੀ ਸੁਣ ਕੇ ਗੁਰਬਾਣੀ 'ਤੇ ਵਿਸ਼ਵਾਸ ਨਾ ਕਰਾਂਗੇ ਵੀ ਗੁਰੂ ਜੋ ਕੁਝ ਕਹਿੰਦਾ ਉਹ ਠੀਕ ਕਹਿੰਦਾ ਕਿ ਨਹੀਂ ਕਹਿੰਦਾ। ਉਹ ਪਿਛਲੇ ਦਿਨਾਂ ਵਿੱਚ ਇੱਕ ਸ਼ਬਦ ਆਇਆ ਸੀ ਕਿ ਪ੍ਰਤੀਤ ਨਹੀਂ ਵਿਸ਼ਵਾਸ ਨਹੀਂ, ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਹੀਂ। ਅਤੇ ਜਿੱਥੇ ਪ੍ਰਤੀਤ ਖਤਮ ਹੋਈ ਉੱਥੇ ਕਦਮ ਰੁਕ ਗਏ, ਕਨਫਿਊਜ਼ਨ ਆ ਗਿਆ, ਦੁਬਧਾ ਵਿੱਚ ਪੈ ਗਿਆ, ਅਤੇ ਦੁਬਧਾ ਦੁਰਮਤ ਨੇ ਪੈਦਾ ਕੀਤੀ ਹੈ। ਬੜਾ ਕੁਝ ਸੋਚਣ ਵਾਲਾ ਹੈ, ਦੁਬਧਾ ਦੁਰਮਤ ਨੇ ਪੈਦਾ ਕੀਤੀ ਹੈ, ਅਤੇ ਦੁਬਧਾ ਨੇ ਅੱਗੇ ਕਦਮ ਜਾਣ ਤੋਂ ਰੋਕ ਲੈਣੇ ਵੀ ਪਤਾ ਨਹੀਂ ਆਹ ਰਸਤਾ ਜਾਂਦਾ ਕਿ ਆਹ ਰਸਤਾ ਜਾਂਦਾ। ਜਿਹਦੇ ਕੋਲੋਂ ਪੁੱਛਿਆ ਉਹ ਆ ਜਾਣਦਾ ਕਿ ਨਹੀਂ ਜਾਣਦਾ, ਸੱਚ ਆਖ ਰਿਹਾ ਕਿ ਝੂਠ ਆਖ ਰਿਹਾ, ਮੈਨੂੰ ਗੁੰਮਰਾਹ ਕਰ ਰਿਹਾ। ਬਸ ਹਰ ਥਾਂ 'ਤੇ ਵਿਸ਼ਵਾਸ ਦੇ ਵਿਸ਼ਵਾਸ ਦੁਬਧਾ ਖਤਮ ਕਰਦਾ। ਅਤੇ ਗੁਰੂ ਕਹਿੰਦੇ ਨੇ ਭਲਿਆ ਜੇ ਤੂੰ ਗੁਰੂ 'ਤੇ ਵੀ ਵਿਸ਼ਵਾਸ ਨਹੀਂ ਕਰੇਗਾ ਫਿਰ ਵੀ ਕਨਫਿਊਜ਼ਨ 'ਚ ਰਹੇਗਾ, ਉਹ ਵੀ ਦੁਰਮਤ ਹੀ ਹੋਏਗੀ, ਦੁਬਧਾ ਹੀ ਹੋਏਗੀ। ਉਹ ਦੁਬਧਾ ਤਾਂ ਹੀ ਖਤਮ ਹੋਏਗੀ। ਸਤਿਗੁਰੂ ਨੇ ਪਾਣੀ ਵਿੱਚ ਆਖਿਆ ਐਸਾ ਕੋਏ, ਐਸਾ ਕੋਏ ਜੋ ਦੁਬਧਾ ਮਾਰ ਗਵਾਵੇ, ਐਸਾ ਕੋਏ ਜੋ ਦੁਬਦਾ ਮਾਰ ਗਵਾਵੇ, ਇਸੇ ਮਾਰ ਇਸੇ ਮਾਰ ਰਾਜ ਜੋਗ ਕਮਾਵੇ, ਇਸ ਮਾਰੀ ਬਿਨ ਜਨਮ ਨਾ ਮਿਟੇ। ਮੰਜ਼ਿਲ ਅਧੂਰੀ ਰਹਿ ਗਈ, ਜੀਵਨ ਦਾ ਹਰ ਕਰਤੱਵ ਉੱਥੇ ਰੁਕ ਗਿਆ ਜਿੱਥੇ ਦੁਬਧਾ ਆ ਗਈ, ਜਿੱਥੇ ਵਿਸ਼ਵਾਸ ਖਤਮ ਹੋ ਗਿਆ। ਇਸ ਮਾਰੀ ਬਿਨ ਜਨਮ ਨਾ ਮਿਟਾਇਆ, ਇਸ ਮਾਰੀ ਬਿਨ ਜਮ ਤੇ ਨਹੀਂ ਛੁਟਾ, ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨਾ ਦੋਈ, ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੋਲਾ। ਅੱਗੇ ਕਹਿਣ ਲੱਗੇ ਗੋਰ ਗੋਰ ਡੁੱਬਦਾ ਹੈ ਜਾਂਕੀ ਮਾਰੀ, ਹੈ ਇਹਦਾ ਮਤਲਬ ਗੁਰੂ ਡੁੱਬਦਾ ਮਾਰਦਾ ਹੈ। ਉਹਨੂੰ ਪਤਾ ਹੈ ਕਿ ਦੁਰਮਤ ਅਤੇ ਦੁੱਬਦਾ ਦਾ ਆਪਸੀ ਅਟੁੱਟ ਰਿਸ਼ਤਾ ਹੈ। ਜਿੱਥੇ ਦੁਰਮਤ ਆਏਗੀ ਉੱਥੇ ਸਭ ਤੋਂ ਪਹਿਲਾਂ ਵਿਸ਼ਵਾਸ ਖਤਮ ਹੋਏਗਾ।
ਗੁਰੂ 'ਤੇ ਵੀ ਵਿਸ਼ਵਾਸ ਖਤਮ ਹੋ ਜਾਏਗਾ, ਮਨੁੱਖ ਬਾਣੀ ਸੁਣੇਗਾ, ਬਾਣੀ ਪੜ੍ਹੇਗਾ ਪਰ ਵਿਸ਼ਵਾਸ ਨਹੀਂ ਕਰੇਗਾ, ਸਮਝੇਗਾ ਨਹੀਂ। ਇਸ ਲਈ ਜੇ ਦੁਬਧਾ ਇੰਨੀ ਵੱਧ ਹੈ, ਵੱਧ ਨਸੀਬ ਹੈ, ਤਾਂ ਵਿਸ਼ਵਾਸ ਕਰ ਤੈਨੂੰ ਦੁਬਧਾ ਵੀ ਮਾਰਨੀ ਪਏਗੀ, ਕਿਉਂਕਿ ਜਿੰਨੀ ਦੇਰ ਦੁਬਧਾ ਨਹੀਂ ਮਰੇਗੀ ਸਮਝ ਲੈ ਦੁਰਮਤ ਨਹੀਂ ਮਰੇਗੀ। ਗੱਲ ਉੱਥੋਂ ਨਾਲ ਨਾਲ ਜੋੜਨਾ ਚਾਹੁੰਦਾ। ਹੁਣ ਦੁਬਧਾ ਜਿਹੜੀ ਹੈ ਉਹ ਕਨਫਿਊਜ਼ ਕਰਦੀ ਹੈ ਕਿ ਇਹ ਗੱਲ ਠੀਕ ਹੈ ਕਿ ਗਲਤ ਹੈ। ਜਿੱਥੇ ਦੋ ਚੀਜ਼ਾਂ ਹੋਣਗੀਆਂ ਉੱਥੇ ਹੀ ਦੁਬਧਾ ਪੈਦਾ ਹੋਏਗੀ। ਦੁਬਧਾ ਦਾ ਅਰਥ ਹੀ ਹੈ ਦੋ ਵਿਧੀਆਂ, ਦੋ ਤਰ੍ਹਾਂ ਦੀ ਵਿਚਾਰਧਾਰਾ, ਅਤੇ ਜਿੱਥੇ ਦੋ ਨਾ ਰਹੇ ਉੱਥੇ ਦੁਬਧਾ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਇੱਥੇ ਕੋਈ ਸ਼ੁਰੂ ਹੋਇਆ, ਸਾਰੀ ਬਾਣੀ ਇੱਕ ਨਾਲ ਜੁੜ ਰਹੀ ਹੈ। ਗੁਰੂ ਵਾਰ ਵਾਰ ਸਾਨੂੰ ਇੱਕ ਨਾਲ, ਉਹ ਭਲਿਆ ਦੁਬਧਾ ਛੱਡ ਦੇ, ਗੁਰਬਾਣੀ ਕਹਿੰਦੀ ਹੈ ਗੁਰ ਕਹਿਆ ਗੁਰ ਕਹਿਆ ਸਭ ਇੱਕੋ ਇੱਕੋ, ਗੁਰੂ ਕਹਿੰਦਾ ਇੱਕੋ। ਪਰ ਮੁਸ਼ਕਿਲ ਕੀ ਬਣ ਗਈ ਗੁਰੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਇਸ ਰੂਪ ਵਿੱਚ, ਜਿਹਨੂੰ ਪਹਿਲਾ ਪ੍ਰਕਾਸ਼ ਆਖਦੇ ਨੇ, ਕਿਉਂ ਕਰਨਾ ਪਿਆ, ਕਿਉਂ ਕਰਨਾ ਪਿਆ? ਇਸ ਲਈ ਕਿਉਂਕਿ ਦੁਬਧਾ ਪੈਦਾ ਕੀਤੀ ਜਾ ਰਹੀ ਸੀ, ਅਤੇ ਦੁਬਧਾ ਕੀਤੀ ਜਾ ਰਹੀ ਸੀ ਉਹਦੇ ਵਰਗੀ ਨਕਲ ਪੈਦਾ ਕਰਕੇ। ਹਮੇਸ਼ਾ ਮਨੁੱਖ ਨੂੰ ਭੁਲੇਖਾ ਉੱਥੇ ਪੈਂਦਾ ਜਿੱਥੇ ਭੇਖਧਾਰੀ ਉਹਦੇ ਵਰਗਾ ਰੂਪ ਬਣਾ ਲੈ। ਅਤੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਦੇਖਿਆ ਕਿ ਸਤਿਗੁਰ ਦੀ ਰਿਸੈ ਸਤਿਗੁਰ ਦੀ ਰਿਸੈ ਹੋਰ ਕੱਚ ਵਿੱਚ ਬੋਲਦੇ ਸੇ ਕੁੜਿਆਰ ਸੇ ਕੁੜਿਆਰ ਕੂੜੇ ਚੜ ਪੜੀ ਹੈ। ਗੁਰੂ ਦੀ ਰੀਸ ਕਰਨ ਵਾਲੇ, ਸਾਡੇ ਲਈ ਦੁਬਧਾ ਖੜੀ ਕਰਨ ਵਾਲੇ, ਬਿਲਕੁਲ ਪ੍ਰਿਥੀ ਚੰਦ ਵਰਗੇ ਉਹ ਜੀ ਬਾਣੀ ਰਚਣ ਲੱਗ ਪਏ। ਮੇਰੇ ਕੋਲ ਕਿਤਾਬ ਇੱਥੇ ਪਈ ਹੈ, ਜਿਹਦਾ ਦਿਲ ਚਾਹੇ ਬਾਅਦ ਵਿੱਚ ਮੈਂ ਉਹਨੂੰ ਪੜ੍ਹਨ ਲਈ ਵੀ ਦੇ ਸਕਣਾ, ਬੇਸ਼ੱਕ ਦੋ ਚਾਰ ਦਿਨ ਪੜ੍ਹ ਕੇ ਵਾਪਸ ਲਿਆ। ਉਹਦੇ ਵਿੱਚ ਬਿਲਕੁਲ ਗੁਰਬਾਣੀ ਦੇ ਸ਼ਬਦਾਂ ਵਰਗੇ, ਮੈਂ ਤਾਂ ਹੈਰਾਨ ਹਾਂ। ਅਸੀਂ ਵਿਚਿੱਤਰ ਨਾਟਕ ਦੀ ਗੱਲ ਕਰਦੇ ਹਾਂ, ਭਲਾ ਉਹਦੇ ਅੰਦਰ ਤਾਂ ਨਾਨਕ ਸ਼ਬਦ ਕੋਈ ਨਹੀਂ। ਅਸੀਂ ਆਖਦੇ ਨੇ ਵੀ ਉੱਥੇ ਨਾਨਕ ਸ਼ਬਦ ਕੋਈ ਨਹੀਂ, ਪਰ ਜਿਹੜੀ ਰਚਨਾ
ਜਿਹਦੀ ਕਿਤਾਬ ਸਾਡੇ ਕੋਲ ਪਈ ਹੈ, ਜਿਹੜੀ ਰਚਨਾ ਪ੍ਰਿਥੀ ਚੰਦ ਨੇ ਕੀਤੀ ਹੈ, ਉਹਦੇ ਵਿੱਚ ਨਾਨਕ ਸ਼ਬਦ ਵੀ ਵਰਤਿਆ। ਹਰ ਸ਼ਬਦ ਦੇ ਅਖੀਰ 'ਤੇ ਨਾਨਕ ਸ਼ਬਦ ਹੈ। ਇੱਥੇ ਬਸ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਿਲਕੁਲ ਸ਼ਕਲ ਬਣਾ ਕੇ, ਜਿਵੇਂ ਇਹਦੇ ਵਿੱਚ ਦੋ ਪਹਿਲੀਆਂ ਲਾਈਨਾਂ ਬਾਅਦ ਰਹਾਓ ਹੈ, ਉਹਦੇ 'ਚ ਰਹਾਓ ਵੀ ਹੈ, ਇਹਦੇ ਵਿੱਚ ਰਾਗ ਹੈ, ਉਹਦੇ 'ਚ ਰਾਗ ਵੀ ਹੈ। ਸਿਰਫ ਫਰਕ ਕੀ ਹੈ? ਫਰਕ ਇਹ ਕਿ ਉਸ ਟਾਈਮ 'ਤੇ ਜਦੋਂ ਉਹਨੇ ਲਿਖੀ ਹੈ, ਉਦੋਂ ਪੰਜਵੇਂ ਪਾਤਸ਼ਾਹ ਗੱਦੀ 'ਤੇ ਸਨ। ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਛੇਵੇਂ ਗੁਰੂ ਦੇ ਨਾਮ ਥੱਲੇ। ਉੱਥੇ ਹਰ ਰਾਗ ਦੇ, ਹਰ ਸ਼ਬਦ ਦੇ ਆਰੰਭ ਵਿੱਚ ਹੈ ਸ੍ਰੀ ਰਾਗ ਮਹੱਲਾ ਛੇਵਾਂ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸ਼ਬਦ ਐਸਾ ਨਹੀਂ ਜਿਹਦੇ 'ਚ ਛੇਵਾਂ ਹੋਵੇ। ਸ਼ਬਦ ਦੀ ਬਣਤਰ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਹੀ ਹੈ। ਰਹਾਓ ਵੀ ਉਸੇ ਤਰ੍ਹਾਂ ਹੈ, ਨਾਨਕ ਸ਼ਬਦ ਵੀ ਉਸੇ ਤਰ੍ਹਾਂ ਹੈ। ਔਰ ਅਜੀਬ ਗੱਲ ਇਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੰਸੈਪਟ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਵੀ ਨੇ, ਇਹ ਵੀ ਨਹੀਂ ਕਿ ਵਿਰੋਧੀ ਹੈ, ਬਿਲਕੁਲ ਇਸੇ ਕਿਸਮ ਦੇ ਕੰਸੈਪਟ ਨੇ। ਪਰ ਸਭ ਕੁਝ ਕਰਕੇ ਉੱਪਰ, ਕਿਉਂਕਿ ਉਹ ਕਨਫਿਊਜ਼ ਕਰਨਾ ਚਾਹੁੰਦਾ ਵੀ ਮੈਂ ਵੀ ਗੁਰੂ ਹਾਂ, ਐਸਾ ਗੁਰੂ ਵਡਭਾਗੀ ਪਾਇਆ ਅਤੇ ਐਸੀ ਗੁਰਮਤ ਦਾ ਮਸਲਾ ਕਿਉਂ ਆਇਆ? ਕਿਉਂਕਿ ਨਾਲ ਹੀ ਖੜਾ ਹੋ ਗਿਆ ਕੈਸਾ। ਉਹਨੇ ਸਿਰਫ ਫਰਕ ਇੰਨਾ ਪਾਇਆ ਕਿ ਉੱਪਰ ਲਿਖ ਦਿੱਤਾ ਰਾਗ ਸੋਰਠ ਮਹੱਲਾ ਛੇਵਾਂ, ਰਾਗ ਬਿਲਾਵਲ ਮਹੱਲਾ ਛੇਵਾਂ, ਰਾਗ ਤੋਡੀ ਮਹੱਲਾ ਛੇਵਾਂ। ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਰਾਗ ਵੀ ਵਰਤੇ ਗਏ, ਮਹੱਲਾ ਛੇਵਾਂ ਕਰ ਦਿੱਤਾ। ਲਓ, ਇਸ ਗੱਲ ਨੂੰ ਸਾਹਮਣੇ ਵੇਖ ਕੇ, ਇਹ ਗੱਲ ਸਾਡੇ ਸਾਹਮਣੇ ਇੱਕ ਮਜਬੂਰੀ ਵਿੱਚ ਆ ਗਈ, ਗੁਰੂ ਅਰਜਨ ਪਾਤਸ਼ਾਹ ਜੀ ਦੇ ਸਾਹਮਣੇ ਵੀ ਮਜਬੂਰੀ 'ਚ ਆ ਗਈ ਕਿ ਸਤਿਗੁਰ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹਾਲਾਂਕਿ ਬਹੁਤ ਸਮਾਂ ਪਹਿਲਾਂ ਇਸ ਤੋਂ ਇਸ ਗੱਲ ਲਈ ਚੇਤਾਵਨੀ ਦੇ ਦਿੱਤੀ ਸੀ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਇਹ ਸੀ ਕਨਫਿਊਜ਼ਨ ਤੋਂ ਕੱਢਣਾ, ਇੱਕ ਵਿਸ਼ਵਾਸ ਪੈਦਾ ਕਰਨਾ। ਪਰ ਜਿਹੜੇ ਕੌਮ ਨੂੰ ਦੁਬਧਾ ਵਿੱਚ ਦੁਰਮਤ ਦੀ ਉਸ ਦੁਸ਼ਮਣ ਦੀ ਮੱਤ ਅਨੁਸਾਰ ਕੌਮ ਨੂੰ ਗੁੰਮਰਾਹ ਕਰਕੇ ਦੁਬਧਾ ਵਿੱਚ ਪਾ ਕੇ ਮੰਜ਼ਿਲ ਤੋਂ ਖੁਜਾਣਾ ਚਾਹੁੰਦੇ ਸਨ ਕਿ ਇਹਨਾਂ ਨੂੰ ਪਤਾ ਹੀ ਨਾ ਹੋਵੇ ਗੁਰਮਤ ਕਿਹੜੀ। ਜਦੋਂ ਇਹਨਾਂ ਨੂੰ ਪਤਾ ਨਹੀਂ ਹੋਵੇਗਾ ਗੁਰੂ ਕਿਹੜਾ,
ਗੁਰੂ ਕਿਹੜਾ? ਤਾਂ ਕੁਦਰਤੀ ਗੱਲ ਹੈ, ਇਹਨਾਂ ਨੂੰ ਪਤਾ ਨਹੀਂ ਲੱਗੇਗਾ ਗੁਰਮਤਿ ਕਿਹੜੀ ਹੈ। ਅਤੇ ਜਦੋਂ ਗੁਰਮਤਿ ਨਹੀਂ ਪਛਾਣ ਸਕਣਗੇ, ਦੁਰਮਤਿ ਕਿਵੇਂ ਬਿਰਸੇਗੀ? ਸਾਡੇ ਸਾਹਮਣੇ ਸਵਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਸ਼ਬਦ ਦਾ ਸੰਬੰਧ ਜੁੜਦਾ ਹੈ ਅੱਜ ਦੇ ਦਿਹਾੜੇ ਨਾਲ। ਗੁਰਮਤਿ ਤਾਂ ਤਾਂ ਹੀ ਬਿਰਸੀ ਜੇ ਗੁਰਮਤਿ ਦਾ ਪਤਾ ਲੱਗੇਗਾ, ਕਿਉਂਕਿ ਬਾਣੀ ਆਖਰੀ ਹੈ ਬੁੱਧ ਪ੍ਰਗਾਸ ਬਹੀ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ। ਅਤੇ ਇਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਵਾਲ ਹੈ ਕਿ ਸਾਧੋ ਕੌਣ ਜੁਗਤ ਅਵ ਕੀਜੇ ਜਾਤੇ, ਦੁਰਮਤ ਸਗਲ ਬਿਨਾਸੇ। ਦੁਰਮਤ ਬਿਨਾਸਣ ਲਈ ਐਸੀ ਗੁਰਮਤ ਪਾਈ ਹੈ ਲੈ, ਹੁਣ ਗੁਰਮਤ ਨੂੰ ਸਮਝਣ ਲਈ ਗੁਰੂ ਨੂੰ ਸਮਝਣਾ। ਬੜਾ ਇੱਕ ਉਲਝਣ ਜੀ ਵਾਲਾ, ਕਨਫਿਊਜ਼ ਕਰਨ ਵਾਲਾ ਇੱਕ ਵਿਸ਼ਾ ਹੈ ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਸਮਝਾਂਗੇ। ਬਸ ਆਹ ਕਾਰਨ ਸੀ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਫੈਸਲਾ ਕੀਤਾ, ਹਾਲਾਂਕਿ ਸਿੰਘਾਸਨ ਗੁਰਗੱਦੀ ਦਸਵੇਂ ਪਾਤਸ਼ਾਹ ਨੇ ਦਿੱਤੀ ਸੀ, ਉਹ ਆਪਾਂ ਫਿਰ ਮਨਾਵਾਂਗੇ, ਗੁਰੂ ਉਸ ਵਿਸ਼ੇ ਨੂੰ ਫਿਰ ਛੇੜਾਂਗੇ। ਇਹ ਪਹਿਲਾ ਪ੍ਰਕਾਸ਼ ਹੈ। ਪਰ ਪਹਿਲੇ ਪ੍ਰਕਾਸ਼ ਦੀ ਲੋੜ ਵੀ ਕਿਉਂ ਪਈ? ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਹਿਸੂਸ ਕੀਤਾ ਦੁਰਮਤਿ ਦੀ ਦੂਰੀ ਪੈਦਾ ਕਰਨ ਵਾਸਤੇ ਕਨਫਿਊਜ਼ ਕੀਤਾ ਜਾ ਰਿਹਾ ਹੈ, ਸਿੱਖੀ ਇੱਕ ਦੁਬਧਾ ਵਿੱਚ ਪੈ ਗਈ ਹੈ। ਗੁਰਮਤਿ ਕਿਹੜੀ ਹੈ, ਬਾਣੀ ਕਿਹੜੀ ਹੈ? ਆ ਹੁਣੇ ਸ਼ਬਦ ਪੜ੍ਹਿਆ ਜਾ ਰਿਹਾ ਸੀ ਕਿ ਐਸਾ ਸਮਾਂ ਵੀ ਹੈ, ਬਾਬਾ ਕਬੀਰ ਨੇ ਵੀ ਆਖ ਦਿੱਤਾ, ਲੋਕ ਜਾਣੇ ਇਹ ਗੀਤ ਹੈ, ਲੋਕ ਸਮਝਣ ਲੱਗ ਪਏ ਕਵਿਤਾ ਹੈ, ਬਾਕੀ ਕਵੀਆਂ ਨੇ ਰਚੀ ਹੈ, ਗੁਰੂ ਨੇ ਵੀ ਰਚ ਦਿੱਤੀ ਹੈ। ਬੜਾ ਲੰਬਾ ਚੌੜਾ ਵਿਸ਼ਾ ਹੈ। ਹਾਲਾਂਕਿ ਗੁਰੂ ਆਪਣੀ ਰਸਤਿਆਂ ਤੋਂ ਕਹਿ ਰਿਹਾ ਮੈਂ ਕੋਈ ਕਵਿਤਾ ਨਹੀਂ ਰਚੀ, ਹੋ ਆਪੋ ਬੋਲ ਨਾ ਜਾਣਦਾ, ਮੈਂ ਸਭ ਕਹਿਆ ਸਭ ਹੁਕਮਾਉ ਜੀ। ਇੱਥੇ ਵੀ ਇਹ ਲਫਜ਼ ਆਏ, ਇਹ ਤੋਂ ਬ੍ਰਹਮ ਵਿਚਾਰ ਜੈਸੀ ਮੈਂ ਆਵੇ ਖਸਮ ਕੀ ਬਾਣੇ, ਇਹ ਤੋਂ ਬ੍ਰਹਮ ਵਿਚਾਰ। ਉਸ ਸਾਰੇ ਬ੍ਰਹਮ ਵਿਚਾਰ ਨੂੰ ਸਾਰੇ ਨੂੰ ਇਕੱਤਰ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੌਮ ਦੀ ਦੁਬਧਾ ਦੂਰ ਕਰਨ ਵਾਸਤੇ ਅੱਜ ਦਾ ਦਿਨ ਚੁਣਿਆ। ਅੱਜ ਦਾ ਦਿਨ ਕੀ ਹੈ? ਗੁਰੂ ਅਰਜਨ ਪਾਤਸ਼ਾਹ ਜੀ ਦਾ ਮਨੁੱਖਤਾ 'ਤੇ ਇੱਕ ਵੱਡਾ ਵੱਡਾ ਅਹਿਸਾਨ, ਅਤੇ ਉਹ ਅਹਿਸਾਨ ਹੈ ਭਲਿਆ ਤੂੰ ਮੰਜ਼ਿਲ ਤੋਂ ਨਾ ਖੁੰਝ ਜਾਏ। ਮਤ ਕਿਤੇ ਇਹੀ ਸੋਚਦਾ ਰਹੇ ਕਿਹੜਾ ਸ਼ਬਦ ਗੁਰੂ ਹੈ, ਕਿਹੜਾ ਸ਼ਬਦ, ਕਿਹੜੀ ਬਾਣੀ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਹੁਣੇ ਪੜ੍ਹਿਆ ਜਾ ਰਿਹਾ ਸੀ। ਪਰ ਇੱਕ ਕਨਫਿਊਜ਼ਨ ਨਾ ਪੈਦਾ ਹੋ ਜਾਏ ਕਿ ਕਿਹੜੀ ਬਾਣੀ, ਕਿਹੜਾ ਸ਼ਬਦ। ਇਸ ਦੁਬਧਾ ਨੂੰ ਖਤਮ ਕਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ, ਅੱਜ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਬਹੁਤ ਕੁਝ ਮਸਲਾ ਇਸ ਸੰਬੰਧੀ ਬੋਲਣ ਦਾ, ਵਿਚਾਰਨ ਦਾ। ਅੱਜ ਦੇ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਬ੍ਰਹਮ ਵਿਚਾਰ ਨੂੰ ਇਕੱਤਰ ਕਰਕੇ ਤਾਂ ਕਿ ਕੱਚੀ ਅਤੇ ਸੱਚੀ ਬਾਣੀ, ਜਿਹਦੇ ਬਾਰੇ ਮੈਂ ਬਾਰ ਬਾਰ ਆਖ ਰਿਹਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ,
ਬਾਣੀ ਤਾਂ ਗਾਵੋ ਗੁਰੂ ਕਿਹੜੀ, ਤੈਨੂੰ ਗੁਰੂ ਦਾ ਫੈਸਲਾ ਵੀ ਹੋ ਜਾਏ ਗੁਰੂ ਕਿਹੜਾ ਹੈ, ਤੈਨੂੰ ਇਹ ਫੈਸਲਾ ਵੀ ਹੋ ਜਾਏ ਗੁਰੂ ਦੀ ਬਾਣੀ ਕਿਹੜੀ ਹੈ, ਤਾਂ ਕਿ ਤੂੰ ਕਨਫਿਊਜ਼ ਨਾ ਹੋਵੇਂ, ਤਾਂ ਕਿ ਤੂੰ ਦੁਬਧਾ ਵਿੱਚ ਨਾ ਪਵੇਂ। ਅੱਜ ਦੇ ਦਿਨ ਦੁਬਧਾ ਖਤਮ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਵਿਚਾਰ ਦਾ ਖਜ਼ਾਨਾ ਇਕੱਠਰ ਕਰਕੇ ਸਿੰਘਾਸਨ 'ਤੇ ਬਿਠਾ ਦਿੱਤਾ। ਔਰ ਸਾਡੀ ਹਿਸਟਰੀ ਹੈ ਕਿ ਗੁਰੂ ਵੀ, ਕਿਉਂਕਿ ਬਾਣੀ ਗੁਰੂ ਸੀ, ਇੱਕ ਵੱਖਰਾ ਵਿਸ਼ਾ ਹੈ ਕਿ ਬਾਣੀ ਗੁਰੂ ਸੀ। ਅਸੀਂ ਇਹ ਨਹੀਂ ਸਮਝ ਰਹੇ ਅਜੇ ਤੱਕ, ਇਹ ਨਹੀਂ ਦੁਬਧਾ ਵਿੱਚ ਪੈ ਗਏ ਹੋਇਆ ਕਿ ਗੁਰੂ ਕਿਹੜਾ ਹੈ, ਕਿਉਂਕਿ ਅਸੀਂ ਦੇਹ ਨੂੰ ਗੁਰੂ ਮੰਨ ਰਹੇ ਹਾਂ। ਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਉਸ ਦਿਨ ਦਾ ਇਹ ਵੀ ਨਾਲ ਫੈਸਲਾ ਕਰ ਦਿੱਤਾ ਜਿਹੜਾ ਸਾਨੂੰ ਪਤਾ ਨਹੀਂ ਸੀ, ਕਿ ਜਿਸ ਪਲੰਘ 'ਤੇ ਰਾਤ ਨੂੰ ਸੁਖਾਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ, ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਆਪ ਪਲਿੰਗ 'ਤੇ ਨਹੀਂ ਸੁੱਤੇ ਅਜੇ ਤੱਕ ਉਹਦੇ ਥੱਲੇ। ਅੱਜ ਵੀ ਜਾਓ ਅਕਾਲ ਤਖਤ 'ਤੇ ਜਿੱਥੇ ਰਾਤ ਨੂੰ ਸੁਖਾਸਨ ਹੁੰਦਾ, ਉਸ ਪਲਿੰਗ ਦੇ ਥੱਲੇ ਇੱਕ ਬਿਸਤਰ ਹੋਰ ਵਿਛਦਾ ਹੈ। ਉਹ ਬਿਸਤਰ ਇਸ ਗੱਲ ਦਾ, ਇਤਿਹਾਸ ਦਾ ਗਵਾਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਉਸ ਤੋਂ ਬਾਅਦ ਬਰਾਬਰ ਪਲਿੰਗ 'ਤੇ ਨਹੀਂ ਲੇਟੇ। ਦੁਬਧਾ ਦੂਰ ਕਰਨਾ ਹੀ ਹੈ, ਸ਼ਬਦ ਗੁਰੂ ਹੈ, ਤੇਰਾ ਗੁਰੂ ਇਹ ਹੈ, ਅਤੇ ਇਸੇ ਦੀ ਬਾਣੀ ਗੁਰਮਤ ਹੈ। ਕਿਤੋਂ ਬਾਹਰੋਂ ਤੈਨੂੰ ਇਹ ਸੋਚਣਾ ਪੈਦਾ ਹੋ ਜਾਏ ਕਿ ਕਿਹੜਾ ਗੁਰੂ ਹੈ ਅਤੇ ਕਿਹਦੀ ਬਾਣੀ ਗੁਰੂ ਹੈ, ਕਿਹਦਾ ਸ਼ਬਦ ਗੁਰੂ ਹੈ, ਇਹ ਤੇਰਾ ਭੁਲੇਖਾ ਦੂਰ ਹੋ ਜਾਏ, ਤੂੰ ਹਮੇਸ਼ਾ ਲਈ ਵਿਸ਼ਵਾਸ ਨਾਲ ਇਹ ਆਖ ਸਕੇ। ਬੁੱਧ ਪਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਤਾਂ ਤੇ ਬਿਨਸੀ ਦੁਰਮਤ ਪਾਈ ਲੈ।
ਮਸਲਾ ਬਹੁਤ ਵਿਚਾਰਨ ਵਾਲਾ, ਇਹਦੇ ਕਈ ਪੱਖ ਨੇ। ਆਪਾਂ ਜਾਤਾਂ ਵਿੱਚੋਂ ਇਹੋ ਹੀ ਲੜੀ ਚਲਾਵਾਂਗੇ ਤਾਂ ਕਿ ਸਾਨੂੰ ਇਹ ਕਨਫਿਊਜ਼ਨ ਨਾ ਰਹੇ ਸਾਡਾ ਗੁਰੂ ਕਿਹੜਾ ਹੈ, ਸਾਡੀ ਗੁਰਮਤ ਕਿਹੜੀ ਹੈ। ਅਜੇ ਤੱਕ ਭੁਲੇਖੇ ਪੈ ਰਹੇ ਨੇ, ਆ ਕੌਮ ਵਿੱਚ ਵੰਡੀਆਂ ਕਿਉਂ ਪੈ, ਵੱਖਰੀਆਂ ਵੱਖਰੀਆਂ ਜਥੇਬੰਦੀਆਂ ਕਿਉਂ ਬਣੀਆਂ, ਸੰਪਰਦਾਵਾਂ ਕਿਉਂ ਬਣੀਆਂ? ਕਿਉਂਕਿ ਅਸੀਂ ਗੁਰਮਤ ਨੂੰ ਇੱਕ ਨਹੀਂ ਕਰ ਸਕੇ। ਗੁਰਮਤ ਨੂੰ ਇੱਕ ਕਿਉਂ ਨਹੀਂ ਕਰ ਸਕੇ? ਕਿਉਂਕਿ ਗੁਰੂ ਨੂੰ ਇੱਕ ਨਹੀਂ ਕਰ ਸਕੇ। ਅਤੇ ਗੁਰੂ ਨੇ ਤਾਂ ਇੱਕੋ ਫੈਸਲਾ ਦੇ ਦਿੱਤਾ, ਗੁਰ ਕਹਿਆ ਸਭ ਇੱਕੋ ਇੱਕੋ ਅਵਰ ਨਾ ਕੋਈ ਹੋਏਗਾ ਜੀਉ। ਕਹਿਣ ਲੱਗੇ ਕੋਈ ਦੂਜਾ ਨਹੀਂ ਹੋ ਸਕਦਾ, ਇੱਕੋ ਹੀ ਹੈ, ਮੇਰਾ ਰੱਬ ਵੀ ਇੱਕੋ ਹੈ, ਮੇਰਾ ਗੁਰੂ ਵੀ ਇੱਕੋ ਹੈ, ਮੇਰੀ ਬਾਣੀ ਵੀ ਇੱਕੋ ਹੈ, ਮੇਰੀ ਬਾਣੀ ਦੀ ਵਿਚਾਰ ਵੀ ਇੱਕੋ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਜਿੰਨੀ ਦੇਰ ਅਸੀਂ ਇਸ ਵਿਸ਼ਵਾਸ 'ਤੇ ਨਹੀਂ ਆਵਾਂਗੇ, ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣਾ ਇੱਕ ਰਸਮ ਹੀ ਬਣ ਕੇ ਰਹਿ ਜਾਏਗਾ। ਇਸ ਲਈ ਰਸਮ ਨਹੀਂ ਬਣਨਾ, ਅਸੀਂ ਰਸ ਬਣਨਾ ਹੈ ਇਹਨਾਂ ਸ਼ਬਦਾਂ ਨਾਲ। ਖਮਾਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।